ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਟੋਨੀ। ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਨਵਿਜੀਬਲ ਪਾਈਪਿੰਗ ਬਾਰੇ। ਸਭ ਤੋਂ ਪਹਿਲਾਂ ਆਪਾਂ ਇੱਕ ਨਿਸ਼ਾਨ ਲਾਵਾਂਗੇ ਜਿਹਦੇ ਉੱਤੇ ਆਪਾਂ ਪਾਈਪਿੰਗ ਲਾਉਣੀ ਹੈ। ਤੁਸੀਂ ਪ੍ਰੈਸ ਨਾਲ ਭਾਣ ਵੀ ਬਣਾ ਸਕਦੇ ਹੋ। ਫਿਰ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਵੈਸੇ ਸਿੰਗਲ ਸਟਿੱਚ ਹੀ ਹੋ ਜਾਣਾ ਸਿੰਗਲ ਸੀਨ ਦੇ ਵਿੱਚ ਜੀ। ਫਿਰ ਇਹਨੂੰ ਪੁੱਠੇ ਪਾਸੇ ਨੂੰ ਆਪਾਂ ਕੱਪੜਾ ਅਤੇ ਡੋਰੀ ਪਾਵਾਂਗੇ। ਫਿਰ ਉਹਨੂੰ ਇੱਦਾਂ ਸਟਿੱਚ ਕਰ ਲਵਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ। ਬਿਲਕੁਲ ਪਾਈਪਿੰਗ ਦੇ ਡੋਰੀ ਦੇ ਨਾਲ ਨਾਲ ਸੀਨ ਲਗਾਉਣੀ ਆ। ਜਿੱਦਾਂ ਇਹਦਾ ਕੰਟੀਨਿਊ ਲੱਗ ਰਹੀ ਬਸ ਇੱਦਾਂ ਲਗਾ ਕੇ ਆਪਾਂ ਫਿਰ ਉਸ ਤੋਂ ਬਾਅਦ ਕੀ ਕਰਾਂਗੇ, ਇਹਨੂੰ ਆਪਾਂ ਉਲਟਾ ਦੇਵਾਂਗੇ। ਜਿੱਦਾਂ ਆਪਾਂ ਪੂਰੀ ਹੋ ਗਈ ਕੰਪਲੀਟ ਇਹ, ਫਿਰ ਇਹਨੂੰ ਪਾਈਪਿੰਗ ਨੂੰ ਉਵੇਂ ਕਟਿੰਗ ਕਰਕੇ ਫਿਰ ਆਪਾਂ ਨੂੰ ਅੰਦਰਲੀ ਸਾਈਡ ਨੂੰ ਉਲਟਾ ਕੇ ਸਿੱਧੇ ਪਾਸੇ ਵਾਲੀ ਸਾਈਡ ਨੂੰ ਫਿਰ ਪਾਈਪਿੰਗ ਦੇ ਜੜ ਵਿੱਚ ਸੀਨ ਲਾਵਾਂਗੇ। ਪੂਰੀ ਇਹਦੇ ਜੜ ਵਿੱਚ ਸੀਨ ਲਾਵਾਂਗੇ ਵੀ ਉਹ ਜਿਹੜੀ ਪਾਈਪਿੰਗ ਅਤੇ ਕੱਪੜੇ ਦੋਨਾਂ ਦੇ ਸੰਨ ਵਿੱਚ ਲੱਗੇ ਸੀਨ, ਉਹਦੇ ਨਾਲ ਕੀ ਹੋਜੂਗਾ ਆਪਣੀ ਦੋਵਾਂ ਸਾਈਡ ਸੀਨ ਨਹੀਂ ਦਿਸੂਗੀ, ਨਾ ਇੱਧਰ ਦਿਸੂਗੀ ਨਾ ਉੱਧਰ ਦਿਸੂਗੀ। ਤੁਹਾਨੂੰ ਮੈਂ ਧਿਆਨ ਨਾਲ ਅੱਗੇ ਦਿਖਾਉਣਾ ਚੰਗੀ ਤਰ੍ਹਾਂ ਚੈੱਕ ਕਰਕੇ। ਹਾਲਾਂਕਿ ਹੁਣ ਧਿਆਨ ਨਾਲ ਤੁਸੀਂ ਵੇਖੋ, ਦੋਨਾਂ ਸਾਈਡ ਹੀ ਤੁਹਾਨੂੰ ਸੀਨ ਦਿਸੂਗੀ, ਨਾ ਤਾਂ ਸਿੱਧੇ ਪਾਸੇ ਦਿਸੂਗੀ। ਹਾਂ, ਧਿਆਨ ਨਾਲ ਚੈੱਕ ਕਰੋ ਅਤੇ ਨਾ ਹੀ ਉਹਨੇ ਤੁਹਾਨੂੰ ਦੂਸਰੇ ਪਾਸੇ ਪੁੱਠੇ ਪਾਸੇ ਵੀ ਦਿਸੂ। ਇਹ ਆਪਣੀ ਰੈਡੀ ਹੋ ਗਈ ਇਨਵਿਜੀਬਲ ਪਾਈਪਿੰਗ। ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ। ਜੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ।